ਸਬਸਕ੍ਰਾਈਬ ਕਰੋ ਪੰਜਾਬ ਐਚਡੀ ਚੈਨਲ ਨੂੰ ਅਤੇ ਬੈਲ ਆਈਕਨ ਦਬਾਓ ਸਭ ਤੋਂ ਪਹਿਲਾਂ ਪੰਜਾਬੀ ਵੀਡੀਓ ਦੇਖਣ ਲਈ। हेलो जी, सत श्री अकाल, नमस्कार, आदाब। मैं थोड़ी अपनी लव यू। सो तुसी मेरे पुराने सॉन्ग्स नूं बहुत सारा प्यार दिता है ना। ते अजकल एक बहुत ज्यादा रोला रप्पा चल रहा, काफी गल चल रही है कि गुत्तां वटियां जा रही है काफी लोगों ने, है ना। ते उहदे उत्ते मेरे माइंड च एक दो लाइना बनिया सी, दो ही बनिया, ज्यादा बनिया नहीं, मैं दो ही सुनाऊंगी। हाँ जी, सो लो जी, दो लाइना जिहड़ियां बनाईयां मैं सुना रही हां। हो चुन्नी सिर उत्ते रख मर जाणीए, एवें ना वड़ा ली गुत्तनी। ਉਹ ਚੁੰਨੀ ਸਿਰ ਉੱਤੇ ਰੱਖ ਮਰ ਜਾਣੀਏ, ਐਵੇਂ ਨਾ ਵਡਾ ਲਈ ਗੁੱਤਨੀ। ਉਹ ਕਈਆਂ ਕੁੜੀਆਂ ਦੇ ਵਾਲ ਕੱਟੇ ਗਏ ਨੇ, ਆਈ ਦੱਸੋ ਕਿਹੜੀ ਪੂਤਨੀ। ਕਈ ਜਾਣੇ ਕਹਿੰਦੇ ਕੋਈ ਕੀੜਾ ਜਿਹਾ ਆ ਗਿਆ, ਉਹ ਰਾਤੀ ਆ ਕੇ ਮੇਰੇ ਸਾਰੇ ਵਾਲ ਉਹ ਖਾ ਗਿਆ। ਕੌਣ ਕੱਟਦਾ ਪਿਆ ਹੈ ਦੱਸੋ ਵਾਲ ਬਈ, ਬੈਠੇ ਕਾਤੋਂ ਸਾਰੇ ਚੁੱਪ ਨੀ। ਹੁਣ ਸਾਰੇ ਜਾਣੇ ਚੁੱਪ ਬੈਠੇ ਹੋਣੇ, ਕਿਉਂਕਿ ਕਿਸੇ ਕੋਲ ਇਸ ਗੱਲ ਦਾ ਜਵਾਬ ਨਹੀਂ ਹੈਗਾ ਕਿ ਹਾਂ ਵੀ ਇਹ ਕਿਹੜਾ ਕੀੜਾ ਆ ਜਾਂ ਫਿਰ ਕੌਣ ਕੱਟ ਰਿਹਾ ਵਾਲ। ਕਿਉਂਕਿ ਤੁਹਾਨੂੰ ਪਤਾ ਸਾਡੇ ਪੰਜਾਬ ਵਿੱਚ ਕਾਫੀ ਅਫਵਾਹਾਂ ਪਹਿਲਾਂ ਵੀ ਫੈਲਾਈਆਂ ਗਈਆਂ, ਪਿੱਛੇ ਜੇ ਰੋਲਾ ਪਿਆ ਸੀ ਪਤਾ ਨਹੀਂ ਕਿਹੜੀ ਤਰੀਕ ਨੂੰ ਦੁਨੀਆ ਤਬਾਹ ਹੋ ਜਾਣੀ ਸਾਡੀ ਦੀ ਸਾਰੀ, ਹੈ ਨਾ। ਦੁਨੀਆ ਕਿੱਥੋਂ ਤਬਾਹ ਹੋਣੀ, ਦੁਨੀਆ ਵੈਸੇ ਚੱਲੀ ਜਾ ਰਹੀ। ਵੈਸੇ ਦੋ ਚਾਰ ਆਰਟਿਸਟ, ਦੋ ਚਾਰ ਕਲਾਕਾਰ ਇੱਦਾਂ ਦੇ ਆਏ ਆ, ਚਲੋ ਕਲਾਕਾਰ ਤੇ ਨਹੀਂ ਕਹਿ ਸਕਦੇ, ਜੋ ਵੀ ਹੈਗੇ ਆ ਉਹਨਾਂ ਨੇ ਦੁਨੀਆ ਤਬਾਹ ਕੀਤੀ ਪਈ, ਹੈ ਨਾ। ਤੇ ਏਦਾਂ ਦੀ ਚੀਜ਼ਾਂ, ਅਫਵਾਹਾਂ ਜਿਹੜੀਆਂ ਇਹਨਾਂ ਦੇ ਵਿੱਚ ਨਾ ਆਓ। ਮੈਨੂੰ ਤਾਂ ਸਗੋਂ ਇਹ ਲੱਗਦਾ ਵੀ ਜਿਹੜੀਆਂ ਸੱਸਾਂ ਦੀਆਂ ਨੂੰਹਾਂ ਨਾਲ ਲੱਗਦੀਆਂ ਨਾ, ਉਹ ਆਪਣੀਆਂ ਨੂੰਹਾਂ ਦੇ ਰਾਤ ਨੂੰ ਵਾਲ ਕੱਟ ਦਿੰਦੀਆਂ, ਤੇ ਜਿਹੜੀਆਂ ਨੂੰਹਾਂ ਦੀ ਸੱਸਾਂ ਨਾਲ ਲੱਗਦੀ ਆ ਉਹ ਰਾਤ ਨੂੰ ਆਪਣੀ ਸੱਸਾਂ ਦੇ ਵਾਲ ਕੱਟ ਦਿੰਦੀਆਂ। ਤੇ ਜਾਂ ਫਿਰ ਜਿਹਨਾਂ ਦੀ ਏਜ ਜ਼ਿਆਦਾ ਹੋ ਚੁੱਕੀ ਨਾ, ਜਿਹਨਾਂ ਨੂੰ ਵਾਲ ਕਟਾਉਣ ਦਾ ਸ਼ੌਂਕ ਸੀਗਾ, ਪੱਟਾ ਕੱਟਣ ਲੱਗਣ ਦਾ, ਉਹ ਆਪਣੇ ਵਾਲ ਆਪ ਹੀ ਕੱਟ ਲੈਂਦੇ ਮੈਨੂੰ ਲੱਗਦਾ। ਤੇ ਏਦਾਂ ਦਾ ਕੁਛ ਵੀ ਨਹੀਂ ਹੈਗਾ, ਕੋਈ ਕੀੜਾ ਨਹੀਂ ਹੈਗਾ। ਸੋ ਏਦਾਂ ਦੀਆਂ ਅਫਵਾਹਾਂ ਦੇ ਵਿੱਚ ਨਾ ਆਓ, ਬਸ ਇਹ ਗੱਲ ਮੈਂ ਕਹਿਣਾ ਚਾਹੂੰਗੀ। ਥੈਂਕ ਯੂ, ਲਵ ਯੂ ਆਲ। ਪਹਿਲਾਂ ਵਾਂਗੂ ਇਸ ਵੀਡੀਓ ਨੂੰ ਵੀ ਸ਼ੇਅਰ ਕਰਿਓ, ਆਪਣਾ ਪਿਆਰ ਦਿਓ ਕਿੰਨੇ ਸਾਰਾ। ਲਵ ਯੂ ਆਲ, ਥੈਂਕ ਯੂ। ਸਬਸਕ੍ਰਾਈਬ ਕਰੋ ਪੰਜਾਬ ਐਚਡੀ ਚੈਨਲ ਨੂੰ ਅਤੇ ਬੈਲ ਆਈਕਨ ਦਬਾਓ ਸਭ ਤੋਂ ਪਹਿਲਾਂ ਪੰਜਾਬੀ ਵੀਡੀਓ ਦੇਖਣ ਲਈ।